नहीं ना कख भी लपा वे लाला की मर्जी है तो दादी लेना है मैं तेरा शोहर हूं तेरा हस्बैंड मैं तेरे नाल अपनी शादी की थी मैं सैकल लेना चाहना फालतू गल्ला ना कर फालतू क्यों ना करा बीच लिखी है चलो हम मेरे मियां से चलते हैं कहां चलते हैं मोहब्बत तो मैं तुम्हारी जायदाद से करता था तुम तो मुझे बिल्कुल पसंद नहीं हो देखा वो तुम्हारी जायदाद से मोहब्बत करता है और मैं तुम्हें वहां से मोहब्बत करता हूं जहां से अंग्रेज करते हैं नहीं होगी अच्छा मेरी बात सुनो ये जो कुछ था हमने दादा जान के कहने पे किया है जैसे मैं किराए का शोहर हूं ऐसे ये किराए का दल्ला है ओए ओए ये बकवास ये बिल्कुल ठीक कह रहे हैं पुत्र अब दसो इन्हें दादा जी एक कोई बंदे की आफत सवारा नाश के बंदे को कोई ना कोई ऐसे खेल करने पेंदे ने कि जिन्हें नाल आफत जेड़ी है सवर जाए जिदी मिसाल मैं इस तरह देंगा ਕਿ ਹਜ਼ਰਤ ਇਬਰਾਹੀਮ ਅਲੈਹ ਸਲਾਮ ਜਦੋਂ ਆਜ਼ਰ ਦੇ ਪੁੱਤ ਖਾਨੇ ਦੇ ਵਿੱਚ ਵੜੇ ਪੁੱਤਰ ਤੇ ਉਹ ਸਾਰੇ ਪੁੱਤ ਤੋੜ ਕੇ ਤੇ ਘੋੜਾ ਵੱਡੇ ਪੁੱਤ ਦੇ ਕੰਧੇ ਤੇ ਧਰਤਾ ਇਸ ਵਾਸਤੇ ਕਿ ਜਦੋਂ ਆਜ਼ਰ ਆਪਣੇ ਪੁੱਤ ਖਾਨੇ 'ਚ ਆਏਗਾ ਤੇ ਉਹ ਕਹੇਗਾ ਕਿ ਪੁੱਤ ਕਿੰਨੇ ਤੋੜੇ ਨੇ ਤੇ ਫਿਰ ਉਹਦੇ ਹਜ਼ਰਤ ਇਬਰਾਹੀਮ ਅਲੈਹ ਸਲਾਮ ਕਹਿਣਗੇ ਕਿ ਪੁੱਤ ਆਪਣੇ ਵੱਡੇ ਪੁੱਤ ਨੂੰ ਜਿਹਦੇ ਉੱਤੇ ਘੋੜਾ ਹੈ ਤੇ ਉੱਥੇ ਕਹੇਗਾ ਆਜ਼ਰ ਕਿ ਇਹ ਤੇ ਪੱਥਰ ਦਾ ਪੁੱਤ ਹੈ ਢਾਕ ਨਹੀਂ ਸਕਦਾ ਹੈ ਤੇ ਹਜ਼ਰਤ ਇਬਰਾਹੀਮ ਅਲੈਹ ਸਲਾਮ ਕਹਿਣਗੇ ਕਿ ਫਿਰ ਤੁਹਾਡੇ ਖੁਦਾ ਕਿਵੇਂ ਹੋ ਸਕਦੇ ਨੇ ਖੁਦਾ ਕਿਵੇਂ ਬਿਲਕੁਲ ਠੀਕ ਆ ਰਹੇ ਦਾਦਾ ਜੀ ਬੇਟਾ ਮੈਂ ਸਿਰਫ ਇਹ ਚਾਹੁੰਦਾ ਸਾਂ ਕਿ ਤੇਰੇ ਨਾਲ ਉਹ ਬੰਦਾ ਸ਼ਾਦੀ ਕਰੇ ਜਿਹੜਾ ਤੇਰੇ ਨਾਲ ਪਿਆਰ ਕਰੇ ਤੇਰੀ ਦੌਲਤ ਨਾਲ ਪਿਆਰ ਨਾ ਕਰੇ ਇਹ ਵੀ ਆਪਣਾ ਪੁੱਤਰ ਹੈ ਤੇ ਜਾ ਦਫਾ ਜਾ ਦਾਦਾ ਜੀ ਨਹੀਂ ਪੁੱਤਰ ਨਹੀਂ ਪੁੱਤਰ ਦਾਦਾ ਜੀ ਤੁਹਾਡਾ ਪੁੱਤਰ ਮੈਨੂੰ ਦਾਦੀ ਵੀ ਚੰਗੀ ਲੱਗ ਡੁੱਬ ਕੇ ਮਰਨਾ ਹੀ मैनू इजाजत दे मैं घर जावा कल मेरी मंगनी है कल तेरी मंगनी है आहो कल मंगनी है मेरी ਚਾਰਾ ਤੇਰੀ
ਬੇਦੇ ਚ ਵੜ ਗਿਆ ਅੱਗੇ ਆ ਜਾ ਹੋਇਆ ਕੀ ਹੈ ਕੁੜੀਏ ਪਹਿਲੇ ਚੌਥੇ ਤੇ ਪਾਓ ਮੈਂ ਤੇ ਤੇਰੀ ਦਾਦੀ ਨੂੰ ਪਿੱਛੋਂ ਨਹੀਂ ਪਾ ਕੇ ਵੇਖਿਆ ਕੋਈ ਬੈਗੇਰ ਜਿਹੜਾ ਹੁੰਦਾ ਨਾ ਇਹ ਬੜਾ ਔਖਾ ਹੁੰਦਾ ਹੈ ਦਾਦਾ ਜੀ ਹਾਂ ਜੀ ਦਾਦੀ ਨੂੰ ਕਹਿੰਦੀ ਰਾਜੂ ਪੇਟੂ ਨਾਲ ਵਿਆਹ ਕਰ ਲੈ ਹਾਂ ਤੇ ਕਰ ਲੈ ਕੋਈ ਐਸੀ ਗੱਲ ਨਹੀਂ ਦਾਦਾ ਜੀ ਉਹ ਪੇਂਡੂ ਕੁਵਾਰ ਹੈ ਹਾਂ ਕੀ ਹੋਇਆ ਤੇਰੀ ਦਾਦੀ ਹਜ਼ੂਰ ਦਾ ਆਪਣਾ ਆਰਡਰ ਤੇ ਮੰਨਣਾ ਹੀ ਪੈਣਾ ਦਾਦਾ ਜੀ ਮੈਂ ਸ਼ਾਦੀ ਕਰ ਲਈ ਕਿੱਥੇ ਕਰ ਲਈ ਹੈ ਬਾਹਰ ਇੱਥੇ ਬੰਦੇ ਮਰ ਗਏ ਸਨ ਬਾਹਰ ਸ਼ਾ ਆਪਣੀ ਕਜ਼ਨ ਦੀ ਸ਼ਾਦੀ ਕਰ ਲਈ ਹੈ ਹਾਂ ਜੀ ਤੇ ਮੈਂ ਰਾਜੂ ਪੇਂਡੂ ਨਾਲ ਵਿਆਹ ਨਹੀਂ ਕਰਨਾ ਜੀ ਮੇਰੀ ਗੱਲ ਤੇ ਸੁਣੋ ਮੈਂ ਨਹੀਂ ਸੁਣਨੀ ਕੋਈ ਗੱਲ ਓਏ ਕੋਈ ਇੱਕ ਪੋਤਰੀ ਮੈਂ ਨਹੀਂ ਸੁਣਨੀ ਕੋਈ ਗੱਲ ਤੁਹਾਡੀ ਆ ਵੇਖੋ ਇੱਕੋ ਇੱਕ ਪੋਤਰੀ ਹੈ ਤੇ ਉਹ ਵੀ ਗੱਲ ਨਹੀਂ ਸੁਣਦੀ ਆਪਣੀਆਂ ਮਰਜ਼ੀਆਂ ਕਰਦੇ ਨੇ ਚਾਚਾ ਜੀ अपनी मर्जी ना ब्याह कीता तो दादी तेरी कहती है राजू पेंडू ना ब्याह कर ला जो दादी कहती ना ओ ही होना जी इस घर च बिल्कुल किथे ने तेरी दादी हजूर अंदर आराम से मार रहे हां मैं जाके उना दी सवेर दी शक्ल नहीं देखी हां ए शक्ल ही देखया जे कितने अकल भी देखना शुरू कर दे अरे दादा की ना करे कम ना तेरा दादी नाल जाके करना ही दादा ते पता नहीं की खा बैठा सवेरे सवेरे बीबी जी ने साड़ी बीबी जी जो दादी अम्मा कह रहे ने सही कह रहे शादी तो पहले आने के बाद जो